ਉਹ ਕਹਿ ਰਹੇ ਨੇ ਕਿ ਅੰਮ੍ਰਿਤਪਾਲ ਨੂੰ ਜੇ ਲੋਕਾਂ ਨੇ ਜਤਾ ਵੀ ਦਿੱਤਾ ਉਹ ਤੇ ਅੰਦਰ ਨੇ ਤੇ ਉਹ ਲੋਕਾਂ ਦੀ ਸੇਵਾ ਕਿਵੇਂ ਕਰਨਗੇ ਅ ਨਵੀ ਟੱਲੋ ਜੀ ਮੇਰਾ ਆਪਣਾ ਖਿਆਲ ਹੈ ਕਿ ਜੇ ਅੰਮ੍ਰਿਤਪਾਲ ਇਹ ਇਲੈਕਸ਼ਨ ਜਿੱਤ ਗਏ ਜੇ ਜਿੱਤ ਗਏ ਵੈਸੇ ਤੇ 4 ਜੂਨ ਨੂੰ ਪਤਾ ਲੱਗੂਗਾ ਤੇ ਕੇਂਦਰ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੋ ਜਾਊਗਾ ਉਹਨਾਂ ਨੂੰ ਰਿਲੀਜ਼ ਕਰਨ ਦਾ ਐਨਐਸਏ ਥੱਲੇ ਉਹਨਾਂ ਨੂੰ ਉਹਨਾਂ ਨੂੰ ਇਸ ਵੇਲੇ ਅਰੈਸਟ ਕੀਤਾ ਹੋਇਆ ਵਾ ਡਿਟੇਨ ਕੀਤਾ ਹੋਇਆ ਵਾ ਕਿਉਂਕਿ ਜਿਸ ਵੇਲੇ 1989 ਦੇ ਵਿੱਚ ਸਿਮਰਨਜੀਤ ਸਿੰਘ ਮਾਨ ਜਿੱਤੇ ਸਨ ਤਰਨਤਾਰਨ ਤੋਂ ਤੇ ਫੋਰਨ ਉਹ ਰਿਹਾ ਹੋਏ ਸਨ ਮੈਂ ਉਹਨਾਂ ਦਿਨਾਂ ਦੇ ਵਿੱਚ ਇੰਡੀਆ ਟੂਡੇਲੀ ਕੰਮ ਕਰਦਾ ਸੀ ਮੈਂ 에어ਪੋਰਟ ਤੇ ਸੀਗਾ ਉਹ ਹਵਾਈ ਜਹਾਜ਼ ਦੇ ਜ਼ਰੀਏ ਉਹ 에어ਪੋਰਟ ਅੰਮ੍ਰਿਤਸਰ ਪਹੁੰਚੇ ਸਨ ਮੈਂ ਉਹਨਾਂ ਦੇ ਵਿੱਚ ਸੀ ਜਿਹੜੇ ਉਹਨਾਂ ਨੇ ਉਹਨਾਂ ਨੂੰ ਉਤਰਦੇ ਵੇਖਿਆ ਸੀ ਉਸ ਵੇਲੇ ਸੋ ਉਹ ਜਾ ਬਹੁਤ ਖੁਸ਼ੀ ਦਾ ਮਾਹੌਲ ਸੀ ਉਸ ਵੇਲੇ ਸੋ ਮੇਰਾ ਖਿਆਲ ਹੈ ਕਿ ਜੇ ਅਮਰਿਤਪਾਲ ਜਿੱਤਦੇ ਆ ਤੇ ਇੱਕ ਵਾਰੀ ਜ਼ਰੂਰ ਉਹਨਾਂ ਨੂੰ ਰਿਹਾ ਕਰਨਾ ਪਵੇਗਾ ਕੇਂਦਰ ਨੂੰ ਕੇਂਦਰ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪੈ ਜਾਏਗਾ ਕੇਂਦਰ ਉਹਨਾਂ ਨੂੰ ਡੀਟੇਨ ਨਹੀਂ ਕਰ ਸਕੂਗੀ